ਮੁੱਦੇ ਕੀ ਬਾਤ ਦੇ ਵਿੱਚ ਅੱਜ ਅਸੀਂ ਚਰਚਾ ਕਰ ਰਹੇ ਹਾਂ ਪਾਣੀ ਦੀ। ਜਿਹਾ ਪੰਜਾਬ ਦੇ ਪਾਣੀ ਦੀ ਕਿੰਨੀ ਵੱਡੀ ਚੁਣੌਤੀ ਹੋਵੇਗੀ ਜੋ ਨਵੀਂ ਸਰਕਾਰ ਪੰਜਾਬ 'ਚ 11 ਮਾਰਚ ਨੂੰ ਚੁਣ ਕੇ ਆਏਗੀ, ਕਿਉਂਕਿ ਪਾਣੀ ਦਾ ਮੁੱਦਾ SYL ਤੱਕ ਸੀਮਿਤ ਨਹੀਂ। ਪਾਣੀ ਦੀ ਹਾਲਤ ਪੂਰੇ ਪੰਜਾਬ ਦੇ ਵਿੱਚ ਕਿੱਲਤ ਨਾਲ ਲੋਕ ਜ਼ਰੂਰ ਜੂਝ ਰਹੇ ਨੇ, ਖਾਸ ਤੌਰ 'ਤੇ ਕਿਸਾਨ। ਸਿੰਜਾਈ ਦੀ ਪਾਣੀ ਦੀ ਗੱਲ ਕਰ ਲਈਏ ਜਾਂ ਫਿਰ ਜ਼ਮੀਨ ਹੇਠਲੇ ਪਾਣੀ ਦੀ, ਨਹਿਰੀ ਪਾਣੀ ਦੀ, ਕਿਤੇ ਨਾ ਕਿਤੇ ਦਿੱਕਤ ਜ਼ਰੂਰ ਨਜ਼ਰ ਆਉਂਦੀ ਹੈ। ਅਤੇ ਜਾਣਕਾਰ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆ ਬਹੁਤ ਵੱਡੀ ਪੰਜਾਬ ਦੇ ਸਾਹਮਣੇ ਖੜੀ ਹੋਵੇਗੀ, ਪੰਜ ਦਰਿਆਵਾਂ ਦੀ ਧਰਤੀ ਦੇ ਸਾਹਮਣੇ। ਅਤੇ ਇਸ ਤੋਂ ਚਲੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਸਵਾਲ ਪੁੱਛਣੇ ਤੁਹਾਡੀ ਟੀਵੀ ਸਕਰੀਨ 'ਤੇ ਹੈ, ਅਤੇ ਸਾਨੂੰ ਕਾਲ ਵੀ ਤੁਸੀਂ ਕਰ ਸਕਦੇ ਹੋ 1801803535 ਉੱਤੇ। ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਸਰਪੰਚ ਜੀ ਨੇ ਪਟਿਆਲਾ ਤੋਂ। ਸਵਾਗਤ ਹੈ ਸਰ, ਤੁਹਾਡਾ ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਸਰਪੰਚ ਹਾਂ ਸਰ ਇੱਧਰੋਂ ਪਟਿਆਲੇ ਤੋਂ। ਤੇ ਸਰ ਮੈਂ ਇਹਦਾ ਜ਼ਿੰਮੇਵਾਰ ਸਰ, ਜਿਹੜੀ ਅਕਾਲੀ ਦਲ ਸਰਕਾਰ ਹੈ ਆਪਣੀ 10 ਸਾਲ ਸੱਤਾ ਜੀ ਰਹੀ ਆ, ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਜੀ ਪਾਣੀ ਬਾਰੇ, ਇਹਦਾ ਸਾਰਾ ਜ਼ਿੰਮੇਵਾਰ ਜੀ ਆ ਸਰਕਾਰ ਹੈ ਜੀ ਅਕਾਲੀ ਦਲ ਕਹਿੰਦੇ। ਠੀਕ ਹੈ, ਸ਼ੁਕਰੀਆ ਸਰ ਤੁਹਾਡਾ ਬਹੁਤ ਬਹੁਤ ਸਾਡੇ ਨਾਲ ਜੁੜਨ ਦੇ ਲਈ। ਤਾਂ ਦਰਸ਼ਕ ਸਾਡੇ ਨਾਲ ਆਪਣੀ ਰਾਏ ਰੱਖ ਰਹੇ ਨੇ ਜੁੜ ਕੇ। ਇੱਕ ਹੋਰ ਕਾਲਰ ਨੇ ਸਾਡੇ ਨਾਲ ਮੋਹਾਲੀ ਤੋਂ, ਗੁਰਮੁਖ ਸਿੰਘ ਜੀ ਸਾਡੇ ਨਾਲ ਨੇ। ਗੁਰਮੁਖ ਸਿੰਘ ਜੀ ਸਵਾਗਤ ਹੈ, ਤੁਹਾਡਾ ਕੀ ਕਹਿਣਾ ਚਾਹੋਗੇ? ਸਰ ਜੀ ਜਿਹੜੀ ਤੁਸੀਂ ਮੁੱਦੇ ਦੀ ਗੱਲ ਰੱਖੀ ਹੈ ਜੀ, ਇਹ ਤੁਸੀਂ ਬਹੁਤ ਹੀ ਵਧੀਆ ਮੁੱਦਾ ਲਿਆ ਜੀ, ਸ਼ੁਕਰੀਆ ਜੀ। ਹਾਂਜੀ ਦੇਖੋ ਜੀ, ਇਹ ਜੋ ਪੰਜਾਬ ਦਾ ਇਹ ਬਹੁਤ ਬੜਾ ਮੁੱਦਾ ਹੈ ਜੀ ਇਹ। ਇਹਦਾ ਦੇਖੋ ਜਿਹਦੇ, ਮੈਂ ਮੋਹਾਲੀ ਦਾ ਰਹਿਣ ਵਾਲਾ ਜੀ, ਮੋਹਾਲੀ ਹੋਇਆ, ਡੇਰਾ ਵਿੱਚ ਹੋਇਆ ਜੀ, ਸਾਡੇ ਇਲਾਕੇ ਵਿੱਚ ਵੀ 350 ਫੁੱਟ ਦੇ ਥੱਲੇ ਪਾਣੀ ਚਲਾ ਗਿਆ ਜੀ, ਤੇ ਸਾਡੇ ਇਲਾਕੇ ਦੇ ਵਿੱਚ ਕੋਈ ਨਹਿਰ ਵੀ ਨਹੀਂ ਹੈ ਏਦਾਂ ਦੀ ਜਿਹਦਾ ਮਤਲਬ ਕੋਈ ਪੰਜਾਬ ਗਵਰਨਮੈਂਟ ਨੇ ਉਪਰਾਲਾ ਕਰਿਆ ਹੋਏ ਜੀ। ਇਸ ਲਈ ਮੈਂ ਮਤਲਬ ਕਾਲ ਕਰੀ ਹੈ ਕਿ ਪੰਜਾਬ ਤਾਂ ਬਹੁਤ ਵੱਡਾ ਹੈ, ਦੇਖੋ ਸਾਡੇ ਇਲਾਕੇ ਦੇ ਵਿੱਚ ਗਵਰਨਮੈਂਟ ਨੇ ਇਹੋ ਜਿਹਾ ਕੁਛ ਵੀ ਨਹੀਂ ਕੀਤਾ। ਚਲੋ ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਤਾਂ ਅਸੀਂ ਦਰਸ਼ਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਆਪਣੀ ਚਰਚਾ ਨੂੰ ਅੱਗੇ ਵਧਾਵਾਂਗੇ। ਇਸ ਵਿਚਾਲੇ ਜੇਕਰ ਤੁਹਾਡੀ ਕਾਲ ਸਾਡੇ ਤੱਕ ਨਹੀਂ ਪਹੁੰਚ ਸਕੀ ਤਾਂ SMS ਦੇ ਜ਼ਰੀਏ ਜ਼ਰੂਰ ਆਪਣੀ ਰਾਏ ਸਾਡੇ ਤੱਕ ਪਹੁੰਚਾਓ ਕਿ ਤੁਸੀਂ ਕੀ ਸੋਚਦੇ ਹੋ ਕਿ ਇਹ ਵੱਡੀ ਚੁਣੌਤੀ ਹੋਵੇਗੀ ਜੋ ਨਵੀਂ ਸਰਕਾਰ ਬਣੇਗੀ 11 ਮਾਰਚ ਤੋਂ ਬਾਅਦ ਸਾਫ਼ ਹੋਵੇਗਾ, ਉਸ ਦੇ ਸਾਹਮਣੇ ਪਾਣੀ ਦੇ ਮੁੱਦੇ ਨੂੰ ਲੈ ਕੇ, ਉਸ ਨੂੰ ਹੱਲ ਕਰਨ ਨੂੰ ਲੈ ਕੇ ਠੋਸ ਕਦਮ ਚੁੱਕਣੇ ਹੋਣਗੇ, ਹਾਂ ਜਾਂ ਨਾ ਦੇ ਵਿੱਚ ਤੁਸੀਂ ਆਪਣਾ ਜਵਾਬ ਸਾਡੇ ਤੱਕ ਭੇਜ ਸਕਦੇ ਹੋ। ਚਰਚਾ ਨੂੰ ਅੱਗੇ ਵਧਾਉਂਦੇ ਹਾਂ, ਵੱਖ ਵੱਖ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ। ਬ੍ਰੇਕ ਤੋਂ ਪਹਿਲਾਂ ਅਸੀਂ ਜ਼ਿਕਰ ਕੀਤਾ ਸੀ ਕਿ SYL ਤੋਂ ਅੱਗੇ ਵੱਧ ਕੇ ਅਸੀਂ ਇਸ ਪੂਰੇ ਮੁੱਦੇ ਨੂੰ ਲੈ ਕੇ ਜਾਵਾਂਗੇ, ਪਾਣੀ ਦਾ ਮੁੱਦਾ। ਪਰ ਬਲਟਵਾ ਸਾਹਿਬ, ਪੂਰੇ ਪਾਣੀ ਦੀ ਗੱਲ ਕਰੀਏ, ਬਲੋਕਸ ਦੀ ਗੱਲ ਕਰੀਏ, ਪਰ SYL ਉੱਤੇ ਵਿਰੋਧੀ ਨਿਸ਼ਾਨਾ ਸਾਧ ਰਹੇ ਨੇ ਜੋ 23 ਤਰੀਕ ਨੂੰ ਇਨੈਲੋ ਦੇ ਵੱਲੋਂ ਐਲਾਨ ਕੀਤਾ ਗਿਆ। ਇਸ ਉੱਤੇ ਥੋੜ੍ਹਾ ਛੋਟਾ ਜਿਹਾ ਇੱਕ ਕਮੈਂਟ ਮੈਂ ਜ਼ਰੂਰ ਚਾਹੂੰਗਾ ਬਲਟਵਾ ਸਾਹਿਬ। ਗੌਰਵ ਜੀ, ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਸੱਦਿਆ ਗਿਆ, ਉਹਦੇ ਵਿੱਚ ਜੋ ਕੁਛ ਵੀ ਰੈਜੂਲੇਸ਼ਨ ਲਿਆਂਦਾ ਗਿਆ ਤਾਂ ਉਸ ਤੋਂ ਪਹਿਲਾਂ ਜਿਹੜੀ ਪੰਜਾਬ ਕੈਬਨਿਟ ਨੇ ਮੀਟਿੰਗ ਕਰਕੇ ਜ਼ਮੀਨ ਡੀਨੋਟੀਫਾਈ ਕੀਤੀ, ਇੱਕ ਬੰਨੇ ਉਹ ਚੀਜ਼ ਹੈ, ਅਤੇ ਦੂਜੇ ਬੰਨੇ ਸਾਡੇ ਸੱਜਣ ਕਹਿਣ ਡਿਆ ਜੀ ਅਕਾਲੀ ਦਲ ਨੇ ਇਨੈਲੋ ਦੇ ਨਾਲ ਸਾਜ਼ਿਸ਼ ਰਚੀ ਹੈ। ਇਹ ਸਾਜ਼ਿਸ਼ਾਂ ਰਚਣੀਆਂ ਕਾਂਗਰਸ ਨੂੰ ਆਉਂਦੀਆਂ ਨੇ, ਔਰ ਸਾਜ਼ਿਸ਼ਾਂ ਰਚ ਰਚ ਕੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਪੰਜਾਬ ਦੀ ਤਬਾਹੀ ਕੀਤੀ, ਹਰ ਪੱਖ ਤੋਂ ਕੀਤੀ, ਧਾਰਮਿਕ ਤੌਰ 'ਤੇ ਕੀਤੀ, ਭੂਗੋਲਿਕ ਤੌਰ 'ਤੇ ਕੀਤੀ, ਔਰ ਜਿਹੜੇ ਰਿਸੋਰਸਿਸ ਸੀਗੇ ਪੰਜਾਬ ਦੇ ਉਹਨਾਂ 'ਚ ਤਬਾਹੀ ਮਚਾਈ, ਕੋਈ ਕਸਰ ਛੱਡੀ? ਇਹ ਲੋਕ ਸਾਨੂੰ ਬਲੇਮ ਕਰਦੇ। ਅਸੀਂ ਤਾਂ ਪੰਜਾਬ ਦੀ ਵਿਧਾਨ ਸਭਾ 'ਚ ਇਹੋ ਜਿਹੇ ਪੂਰਨੇ ਪਾ ਕੇ ਆਏ, ਇਤਿਹਾਸ ਸਿਰਜਿਆ ਹੈ, ਔਰ ਨਹਿਰੋ ਆਪਦਾ ਕਦਮ ਚੁੱਕ ਰਹੀ ਹੈ, ਉੱਥੋਂ ਦੀ ਰਾਜਨੀਤਿਕ ਪਾਰਟੀ ਹੈ, ਹਰਿਆਣੇ ਦੇ ਲੋਕ ਨੇ, ਹਰਿਆਣੇ ਦੇ ਆਪਦੇ ਹਿੱਤਾਂ ਦੀ ਗੱਲ ਕਰਨੀ, ਉਹ ਕੀ ਕਰਦੇ ਹੈ? ਪਰ ਇਨੈਲੋ ਹੋਵੇ ਜਾਂ ਕੋਈ ਹੋਰ ਹੋਵੇ, ਚਾਹੇ ਕੋਈ ਵੀ ਹੋਵੇ, ਪੰਜਾਬ ਦੇ ਵੱਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਵੇ, ਸਰਕਾਰ ਇਸ ਸਮੇਂ ਤੁਸੀਂ ਸਰਕਾਰ ਦੇ ਵਿੱਚ ਹੋ, 23 ਤਰੀਕ ਨੂੰ ਕੋਈ ਖਾਸ ਹਿਦਾਇਤਾਂ ਹੋਣਗੀਆਂ, ਕਿਸ ਤਰ੍ਹਾਂ ਦੇ ਨਾਲ ਨਜਿੱਠਿਆ ਜਾਵੇਗਾ ਜੇਕਰ ਖੁਦਾਈ ਦਾ ਕੰਮ ਸ਼ੁਰੂ ਕੀਤਾ ਜਾਂਦਾ ਆ ਕੇ? ਗੌਰਵ ਜੀ, ਕਿਸੇ ਤਰ੍ਹਾਂ ਦੀ ਖੁਦਾਈ ਨਹੀਂ ਹੋਣ ਦਿੱਤੀ ਜਾਏਗੀ, ਨਾ ਕਿਸੇ ਨੇ ਹੋਣ ਦੇਣੀ ਹੈ ਨਾ ਹੋਣੀ ਹੈ। ਇੱਕ ਤਰ੍ਹਾਂ ਦੀ ਕੇਵਲ ਤੇ ਕੇਵਲ ਪੋਲੀਟੀਕਲੀ ਮੈਰਿਜ ਲੈਣ ਦੀ ਜਾਂ ਸੁਰਖੀਆਂ ਵਿੱਚ ਰਹਿਣ ਦੀ ਉਹਨਾਂ ਦੀ ਕੋਸ਼ਿਸ਼ ਹੈ, ਠੀਕ ਹੈ। ਹਰੇਕ ਨੂੰ ਪਤਾ ਕਿ ਇਹੋ ਜਿਹਾ ਕਦਮ ਕੁਛ ਨਹੀਂ ਹੋ ਸਕਦਾ, ਪਰ ਜੇ ਕਿਸੇ ਤਰ੍ਹਾਂ ਦੀ ਹੋਊਗੀ ਸ਼੍ਰੋਮਣੀ ਅਕਾਲੀ ਦਲ ਦਾ ਟਾਕਰਾ ਕਰੂਗਾ। ਪਰ ਮੈਨੂੰ ਆ ਕਾਂਗਰਸੀ ਸੱਜਣ ਦੱਸ ਦੇਣ ਕਿ ਜੋ ਕੁਛ ਸ਼੍ਰੀਮਤੀ ਇੰਦਰਾ ਗਾਂਧੀ ਨੇ ਪੰਜਾਬ ਨਾਲ ਕੀਤਾ ਆ, ਕੀ ਉਹਦੀ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣਗੇ? ਇਹ ਕਹਿਣਗੇ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਗਲਤ ਕੀਤਾ ਸੀ, ਸਾਨੂੰ ਅੱਜ ਅਹਿਸਾਸ ਹੋਇਆ ਤਾਂ ਅਸੀਂ ਪੰਜਾਬ ਵਾਸਤੇ ਖੜਾਂਗੇ? ਇੰਦਰਾ ਗਾਂਧੀ ਨੂੰ ਗਲਤ ਕਹਿਣਗੇ, ਗਾਂਧੀ ਪਰਿਵਾਰ ਨੂੰ ਗਲਤ ਕਹਿਣਗੇ, ਦਰਬਾਰਾ ਸਿੰਘ ਨੂੰ ਗਲਤ ਕਹਿਣਗੇ, ਕੈਪਟਨ ਅਮਰਿੰਦਰ ਸਿੰਘ ਨੂੰ 1982 ਆਪਣਾ ਪੰਜਾਬ ਪਾਰਟੀ ਵਾਲੇ ਕਹਿੰਦੇ ਆ ਜੀ ਅਕਾਲੀ ਦਲ ਤੇ ਜੀ ਨਹੀਂ ਰਿਐਕਸ਼ਨ ਦੀ ਗੱਲ ਲੈ ਲਈਏ। ਰਿਐਕਸ਼ਨ ਬਲਟਵਾ ਸਾਹਿਬ, ਗੁਰਪ੍ਰਤਾਪ ਮਾਨ ਜੀ ਸਾਡੇ ਨਾਲ ਨੇ। ਮਾਨ ਸਾਹਿਬ, ਰਿਐਕਸ਼ਨ ਜ਼ਰੂਰ ਚਾਹੂੰਗਾ, ਤੇ ਦੂਜਾ ਰੋਡ ਮੈਪ ਹੈ ਜੇਕਰ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ ਪਾਣੀ ਨੂੰ ਲੈ ਕੇ, ਜਾਂ ਸਿਰਫ
ਪੂਰਾ ਫੋਕਸ SYL ਤੇ ਕਿ SYL ਦਾ ਪਾਣੀ ਕਿਵੇਂ ਰੋਕਿਆ ਜਾਵੇ, SYL ਨਾ ਬਣਨ ਦਿੱਤੀ ਜਾਵੇ, ਜਾਂ ਫਿਰ ਟੋਟਲ ਪੰਜਾਬ ਦੇ ਵਿੱਚ ਪਾਣੀ ਦੀ ਜੋ ਦਿੱਕਤ ਨਜ਼ਰ ਆਉਂਦੀ ਹੈ, ਜ਼ਮੀਨ ਹੇਠਲੇ ਪਾਣੀ ਦਾ ਵੀ ਜ਼ਿਕਰ ਉਸ ਦੇ ਵਿੱਚ ਹੈ, ਉਸ ਨੂੰ ਲੈ ਕੇ ਰੋਡ ਮੈਪ ਕੋਈ? ਕਰੋ ਜੀ, ਮੈਂ ਇੱਥੇ ਤਿੰਨ ਪੁਆਇੰਟ ਮੈਂ ਰੇਜ਼ ਕਰਨੇ ਨੇ। ਪਹਿਲਾਂ ਜਿਹੜਾ ਵਲਟੂਆ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਦੇਖੋ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਉਹਦੀ ਜਿਹੜੂ ਪ੍ਰੋਜੈਕਟ ਨੂੰ ਕਰਨ ਦੇ ਵਿੱਚ ਦੋ ਚੀਜ਼ਾਂ ਬਹੁਤ ਅਹਿਮ ਹੁੰਦੀਆਂ ਨੇ। ਇੱਕ ਉਹ ਉਹਦੇ ਵਾਸਤੇ ਲੈਂਡ ਅਕਵਾਇਰ ਕਰਨਾ, ਦੂਸਰਾ ਉਹਦੀ ਕੰਸਟਰਕਸ਼ਨ ਹੋਣੀ। ਇਸ ਪ੍ਰੋਜੈਕਟ ਦੀ ਲੈਂਡ ਅਕਵਾਇਰ ਕੀਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1978 ਦੇ ਵਿੱਚ, ਔਰ ਇਹਦੀ ਕੰਸਟਰਕਸ਼ਨ ਕੀਤੀ ਬਰਨਾਲਾ ਗਵਰਨਮੈਂਟ ਨੇ, ਇਹ ਵੀ ਅਕਾਲੀ ਦਲ ਦੀ ਸਰਕਾਰ ਦੀ ਸੀਗੀ। ਮੈਂ ਇਹ ਤੱਥ ਜਿਹੜੇ ਨੇ, ਪਾਣੀ ਦੇ ਬਾਰੇ ਫੈਸਲਾ ਕਿਹਨੇ ਕੀਤਾ ਲੈਂਡ ਅਕਵਾਇਰ ਦੀ ਬਾਅਦ ਚ ਆ ਜਾਂਦੇ ਆਪਾਂ, ਮੈਨੂੰ ਪਾਣੀਆਂ ਬਾਰੇ ਅਵਾਰਡ ਜਾਰੀ ਕਿਹਨੇ ਕੀਤੇ, ਪਾਣੀਆਂ ਬਾਰੇ ਫੈਸਲੇ ਕਿਹਨੇ ਕੀਤੇ, ਜ਼ਮੀਨ ਪੰਜਾਬ ਦਾ ਕੇਸ ਸਾਹਮਣੇ ਕੰਸਟਰਕਸ਼ਨ ਕਰਦੇ ਪਏ, ਮੈਨੂੰ ਇਹ ਦੱਸ ਦਿਓ ਇਲਜ਼ਾਮ ਸਾਡੇ ਤੇ ਲਾਉਣ ਲੱਗ ਪਏ। ਬਲਟੋਆ ਸਾਹਿਬ ਮੈਨੂੰ 2 ਮਿੰਟ ਦੇ ਦਿਓ, ਮੇਰੀ ਗੱਲ ਪੂਰੀ ਕਰ ਲੈਂਦੇ ਹੋ, ਉਸ ਤੋਂ ਬਾਅਦ ਤੁਸੀਂ ਜਿਹੜਾ ਹੈ ਉਹ ਕਰ। ਸ਼ੁਰੂ ਉੱਥੋਂ ਕਰੋ ਜਿਸ ਤਰ੍ਹਾਂ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਪੰਜਾਬ ਦੇ ਪਾਣੀ ਖੋਏ ਆ, ਕਿ ਅਕਾਲੀ ਦਲ ਦਾ ਜਿਹੜਾ ਸਿਆਸੀ ਰੋਟੀਆਂ ਸੇਕਣ ਵਾਲਾ ਤਵਾ ਉਹ ਠੰਡਾ ਹੋ ਗਿਆ ਸੀ। ਇਹਨਾਂ ਨੇ ਚੁਟਾਲਿਆਂ ਨੂੰ ਕਿਹਾ ਬਈ ਉਹ ਤਵੇ ਦੇ ਥੱਲੇ ਥੋੜ੍ਹੀ ਜਿਹੀ ਅੱਗ ਲਾਓ ਕਿ ਤਾਂ ਕਿ ਉਹ ਜਿਹੜਾ ਤਵਾ ਦੁਬਾਰਾ ਗਰਮ ਹੋਵੇ, ਤਾਂ ਕਿ ਇਹ ਉਸ ਤੋਂ ਹੁਣ 11 ਮਾਰਚ ਤੋਂ ਬਾਅਦ ਇਹ ਵਿਹਲੇ ਹੋ ਜਾਣੇ ਨੇ। ਇਹਨਾਂ ਨੇ ਉਹ ਜਿਹੜਾ ਹੈ ਉਹ ਤਵੇ 'ਤੇ ਸਿਆਸੀਆਂ ਰੋਟੀਆਂ ਲਾਉਣ ਵਾਸਤੇ ਇੱਕ ਤਵਾ ਗਰਮ ਕਰਦੇ ਪਏ ਨੇ। ਬਲਟੋਆ ਸਾਹਿਬ ਨੇ ਆਪ ਮੰਨਿਆ ਅਸੀਂ ਧਰਨੇ ਵੀ ਲਾਵਾਂਗੇ, ਅਸੀਂ ਖੂਨ ਦਾ ਕਤਰਾ ਕਤਰਾ ਵਹਾਵਾਂਗੇ, ਇਹ ਬੜੀ ਦੂਸਰੀ ਗੱਲ ਕਰੀ ਜਾਣੀ ਹੈ। ਗੌਰਵ ਜੀ, ਮੈਂ ਜਿਹੜੀ ਤੁਸੀਂ ਗੱਲ ਕੀਤੀ ਰੋਡ ਮੈਪ ਦੀ, ਦੇਖੋ ਕਾਂਗਰਸ ਦਾ ਬਹੁਤ ਕਲੀਅਰ ਹੈਗਾ ਆਹ ਮੈਂ ਸਾਡਾ ਮੈਨੀਫੈਸਟੋ ਹੈ, ਜਿਹੜਾ ਮੈਨੀਫੈਸਟੋ ਦੇ ਵਿੱਚ ਸਾਡਾ ਇਹਦੇ 'ਚ ਮੈਂ ਦਿਖਾਵਾਂਗਾ, ਸਾਡਾ ਬਹੁਤ ਕਲੀਅਰ ਹੈ ਕਿ ਪਾਣੀਆਂ ਦੇ ਮੁੱਦੇ ਦੇ ਉੱਪਰ ਅਸੀਂ ਕੋਈ ਵੀ ਸਟੈਂਡ ਜਿਹੜਾ ਹੈ ਅਸੀਂ ਲਵਾਂਗੇ। ਪਾਣੀ ਇੱਕ ਜਿਹੜਾ ਕਤਰਾ ਵੀ ਪਾਣੀ ਬਾਹਰ ਨਹੀਂ ਜਾਏਗਾ। 2004 ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਡਿਸਾਈਸਿਵ ਸਟੈਪ ਲਿਆ ਸੀਗਾ, ਭਾਵੇਂ ਉਦੋਂ ਉਹਨਾਂ ਦੀ ਹਾਈਕਮਾਂਡ ਜਿਹੜੀ ਦਿੱਲੀ ਦੇ ਵਿੱਚ ਸੀ ਉਦੋਂ ਤੋਂ ਬੜੀ ਖਫਾ ਹੋਈ ਸੀਗੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਉਸ ਚੀਜ਼ ਨੂੰ ਪਾਸੇ ਮੱਦੇਨਜ਼ਰ ਕਰਨ ਤੋਂ ਕਰਕੇ ਵੀ ਜਿਹੜਾ ਹੈ ਫੈਸਲਾ ਪੰਜਾਬ ਦੇ ਹੱਕ ਲਈ ਕੀਤਾ ਸੀਗਾ। ਉਹਨਾਂ ਨੂੰ ਪਤਾ ਸੀ ਹੋ ਸਕਦਾ ਉਹਨਾਂ ਨੂੰ ਮੁੱਖ ਮੰਤਰੀ ਦੀ ਜਿਹੜੀ ਹੈ ਲਾਹ ਦੇਣ, ਲੇਕਿਨ ਉਹਨਾਂ ਨੇ ਜਿਹੜਾ ਫੈਸਲਾ ਪੰਜਾਬ ਦੇ ਹੱਕ ਲਈ ਕੀਤਾ 2004 ਦੇ ਵਿੱਚ, ਜਿਹਦੇ ਕਰਕੇ ਅੱਜ ਤੱਕ ਉਹ ਫੈਸਲਾ ਜਿਹੜਾ ਹੈ ਅਸੀਂ ਪੰਜਾਬ ਦੇ ਪਾਣੀ ਨੂੰ ਬਚਾ ਚੁੱਕੇ ਹਾਂ। ਅਤੇ ਗੌਰਵ ਜੀ, ਜਿਹੜੀ ਅਗਲੀ ਗੱਲ ਆਉਂਦੀ ਹੈ ਪੰਜਾਬ ਦੇ ਪਾਣੀਆਂ ਦੇ ਜਿਹੜਾ ਥੱਲੇ ਪਾਣੀ ਦੀ ਜਿਹੜੀ ਗੱਲ ਕਰਦੇ ਹੋ, ਉਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਝੋਨੇ ਦਾ ਬਦਲ ਲੱਭਣਾ ਪਏਗਾ। ਉਹਦੇ ਲਈ ਜਿਹੜਾ ਹੈ ਇਹ ਸਾਨੂੰ ਸੰਜੀਦਗੀ ਦੇ ਨਾਲ ਜਿਹੜਾ ਝੋਨੇ ਦੀ ਬਦਲ ਕੋਈ ਹੋਰ ਫਸਲ ਡਾਇਵਰਸੀਫਿਕੇਸ਼ਨ ਕਰਨੀ ਪਏਗੀ। ਪਹਿਲਾਂ ਵੀ ਜੌਲ ਸਾਹਿਬ ਦੀ ਕਮੇਟੀ ਬਣੀ ਸੀਗੀ, ਉਹਨਾਂ ਨੇ ਡਾਇਵਰਸੀਫਿਕੇਸ਼ਨ ਝੋਨੇ ਨੂੰ ਹੋਰ ਕਰਨ ਦੀ ਗੱਲ ਕੀਤੀ ਸੀਗੀ। ਜਿਹੜੀਆਂ ਹੋਰ ਬਦਲਵੀਆਂ ਜਿਹੜੀਆਂ ਕ੍ਰੋਪਸ ਨੇ ਉਹਦੀ ਮਿਨੀਮਮ ਸਪੋਰਟ ਪ੍ਰਾਈਸ ਦੇਣੀ ਪਏਗੀ, ਭਾਵੇਂ ਉਹ ਮੱਕੀ ਹੋਏ ਭਾਵੇਂ ਹੋਰ ਹੋਣ, ਉਹ ਕਰਨਾ ਪਏਗਾ। ਉਹਨਾਂ ਨੇ ਜਿਹੜੀਆਂ ਰਿਕਮੈਂਡੇਸ਼ਨ ਸੀਗੀਆਂ ਉਹਦੇ 'ਤੇ ਜਿਹੜਾ ਹੈ ਕੋਈ ਉਹਦੇ 'ਤੇ ਫੈਸਲਾ ਨਹੀਂ ਹੋਇਆ। ਮੇਰੇ ਹਿਸਾਬ ਨਾਲ ਕੋਈ ਵੀ ਸਰਕਾਰ ਆਏ ਉਹ ਜਿਹੜਾ ਹੈ ਇਹ ਝੋਨੇ ਨੂੰ ਦੀ ਫਸਲ ਦਾ ਬਦਲ ਸਾਨੂੰ ਲੱਭਣਾ ਪਏਗਾ, ਤਾਂ ਹੀ ਜਿਹੜਾ ਪਾਣੀ ਹੇਠ ਜਿਹੜਾ ਥੱਲਾ ਪਾਣੀ ਉਹ ਬਚ ਸਕੇਗਾ। ਠੀਕ ਹੈ ਗਰੇਵਾਲ ਸਾਹਿਬ, ਸਿਆਸਤ ਇੱਕ ਪਾਸੇ ਰੱਖ ਕੇ ਸੋਚਣ ਦੀ ਜ਼ਰੂਰਤ ਅੱਜ ਦੇ ਸਮੇਂ 'ਚ ਪੰਜਾਬ ਦੇ ਪਾਣੀ ਦੇ ਲਈ? ਇਸ ਤਰ੍ਹਾਂ ਗੌਰਵ ਜੀ, ਇਸ ਤਰ੍ਹਾਂ SYL ਦਾ ਮੁੱਦਾ ਇੱਕ ਅਲੱਗ ਆ, ਜਿਹੜਾ ਜ਼ਮੀਨ ਦੇ ਪਾਣੀ ਦਾ ਲੈਵਲ ਨੀਚੇ ਜਾ ਰਿਹਾ ਉਹਦੀਆਂ ਬਹੁਤ ਗੰਭੀਰ ਸਮੱਸਿਆਵਾਂ ਨੇ। ਇਹਦੇ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਾਫੀ ਉਪਰਾਲੇ ਕੀਤੇ ਪਿੰਡਾਂ 'ਚ ਤਲਾਬ ਬਣਾਉਣ ਲਈ, ਜਿਹਦੇ 'ਚ ਮੱਛੀ ਪਾਲਣ ਦਾ ਵੀ ਉਦਯੋਗ ਦੀ ਗੱਲ ਕੀਤੀ ਗਈ। ਪਰ ਇਹਦੇ 'ਤੇ ਹੋਰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਹੈ, ਇਹਦੇ ਬੁਰੇ ਪ੍ਰਭਾਵ ਕੀ ਹੁੰਦੇ ਨੇ। ਇਹਦਾ ਇਹ ਹੁੰਦਾ ਜਦੋਂ ਜ਼ਮੀਨ ਦਾ ਨੀਚੇ ਦੀ ਹੈਲਥ ਖਰਾਬ ਹੋ ਜਾਵੇ, ਪਾਣੀ ਬਹੁਤ ਗਹਿਰਾ ਚਲਾ ਜਾਵੇ, ਇੱਕ ਤਾਂ ਬਿਮਾਰੀਆਂ ਦਾ ਕਾਰਨ ਬਣਦਾ, ਦੂਸਰਾ ਉੱਪਰ ਵਾਤਾਵਰਣ ਵੀ ਖਰਾਬ ਹੁੰਦਾ, ਜ਼ਮੀਨ ਦੀ ਉੱਪਰਲੀ ਹੈਲਥ ਨੂੰ ਵੀ ਬਹੁਤ ਪ੍ਰਭਾਵਿਤ ਕਰਦਾ। ਜਦੋਂ ਉਹ ਹੁੰਦਾ ਤਾਂ ਉਹਦੇ ਨਾਲ ਲੋਕ ਜਿਹੜੇ ਆ ਜਾਨਵਰਾਂ 'ਤੇ, ਪਸ਼ੂਆਂ 'ਤੇ, ਇਨਸਾਨਾਂ 'ਤੇ, ਦਰਖਤਾਂ 'ਤੇ, ਹਰ ਚੀਜ਼ 'ਤੇ ਉਹਦਾ ਪ੍ਰਭਾਵ ਪੈ ਜਾਂਦਾ, ਦੁਸ਼ਪ੍ਰਭਾਵ ਪੈਂਦੇ ਆ, ਬੁਰੇ ਪ੍ਰਭਾਵ। ਔਰ ਉਹਦੇ ਨਾਲ ਕੀ ਹੁੰਦਾ, ਲੋਕ ਸੈਡਿਸਟ ਵੀ ਹੁੰਦੇ ਆ, ਸਿੱਕ ਮਾਈਂਡਡ ਵੀ ਹੁੰਦੇ ਆ, ਡਿਪਰੈਸ਼ਨ 'ਚ ਵੀ ਚਲੇ ਜਾਂਦੇ ਆ, ਇਹਨਾਂ ਬਿਮਾਰੀਆਂ ਦਾ ਵੀ ਜ਼ਿਆਦਾ ਵਾਧਾ ਹੋ ਜਾਂਦਾ। ਇਹਦੇ ਬਾਰੇ ਸਟੱਡੀ ਕਰਕੇ ਇਹਦੇ 'ਤੇ ਯੁੱਧ ਸਤਰ 'ਤੇ ਕੰਮ ਕਰਨ ਦੀ ਜ਼ਰੂਰਤ ਆ। ਔਰ ਇਹ ਪਾਣੀ ਦਾ ਲੈਵਲ ਖਾਲੀ ਜਿਸ ਤਰ੍ਹਾਂ ਮਾਨ ਸਾਹਿਬ ਨੇ ਕਿਹਾ, ਇਹ ਆਪਦੇ ਵੱਲੋਂ ਠੀਕ ਦੱਸ ਰਹੇ ਆ ਕਿ ਜਿਨ੍ਹਾਂ ਫਸਲਾਂ ਨੂੰ ਜ਼ਿਆਦਾ ਪਾਣੀ ਲੱਗਦਾ ਉਹ ਨਾ ਬੀਜੋ, ਉਹ ਖਾਲੀ ਹੱਲ ਨਹੀਂ ਹੈ, ਕਿਉਂਕਿ ਉਹਦੇ 'ਤੇ ਕਿਸਾਨ ਨਹੀਂ ਜੀ ਸਕਦਾ ਸਾਡਾ, ਉਹ ਬਦਲਵੀਂ ਫਸਲ, ਉਹਦਾ ਗੁਜ਼ਾਰਾ ਨਹੀਂ
ਨਹੀਂ ਹੋਣਾ। ਇਹਦਾ ਤਾਂ ਸਿੱਧਾ ਸਿੱਧਾ ਹੱਲ ਇਹ ਹੈ ਇਸ ਵੇਲੇ ਕਿ ਉਹ ਪਾਣੀ ਨੂੰ ਰੀਚਾਰਜ ਕਰਨ ਦਾ ਸਿਸਟਮ ਔਰ ਮੀਂਹ ਦੇ ਪਾਣੀ ਦੀ ਮੈਨੇਜਮੈਂਟ ਔਰ ਇਹ ਸਾਰੇ ਲਈ ਇਹ ਇੱਕ ਯੁੱਧ ਸਤਰ 'ਤੇ ਕੰਮ ਕਰਨਾ ਪੈਣਾ, ਪਬਲਿਕ ਨੂੰ ਅਵੇਅਰ ਕਰਨਾ ਪੈਣਾ ਔਰ ਇਜ਼ਰਾਈਲ ਤੋਂ ਵੀ ਟੈਕਨੀਕ ਸਿੱਖਣੀ ਪੈਣੀ ਆ ਹੋਰ ਜ਼ਿਆਦਾ। ਹਾਲਾਂਕਿ ਬਾਦਲ ਸਾਹਿਬ ਨੇ ਕੋਸ਼ਿਸ਼ ਕਰਕੇ ਇਜ਼ਰਾਈਲ ਵੀ ਆਪਣਾ ਡੈਲੀਗੇਸ਼ਨ ਭੇਜਿਆ ਸੀ ਔਰ ਇਸੇ ਤਰ੍ਹਾਂ ਇਹ ਕੋਈ ਵੀ ਸਰਕਾਰ ਹੋਵੇ, ਸਰਕਾਰਾਂ ਦੀ ਗੱਲ ਬਾਅਦ ਦੀ ਆ, ਇਹ ਸਮਾਜ ਦੀ ਸਮੱਸਿਆ ਪੂਰੀ ਪੂਰੇ ਪੰਜਾਬ ਦੀ ਬਿਲਕੁਲ ਲਾਜ਼ਮੀ ਤੌਰ ਤੇ ਅਸੀਂ ਇਹੀ ਜ਼ਿਕਰ ਕਰ ਰਹੇ ਹਾਂ ਕਿ ਸਿਆਸਤ ਸਾਈਡ ਤੇ ਰੱਖ ਕੇ ਸ਼ਾਇਦ ਅਸੀਂ ਸੋਚ ਲਈਏ ਪੰਜਾਬ ਦੇ ਬਾਰੇ ਦੇ ਵਿੱਚ, ਪੰਜਾਬ ਦੇ ਪਾਣੀ ਬਾਰੇ ਵਿੱਚ। ਇਹ ਤੁਸੀਂ ਬਹੁਤ, ਮੈਂ ਇਹਦੇ ਲਈ ਜੀ ਟੀਵੀ ਨੂੰ ਵੀ ਵਧਾਈ ਦਿੰਦਾ, ਇਹ ਮੇਰਾ ਖਿਆਲ ਤੁਸੀਂ ਬਹੁਤ ਵਧੀਆ ਮੁੱਦਾ ਉਠਾਇਆ। ਤਰਲੋਚਨ ਸਿੰਘ ਲਾਲੀ ਜੀ ਸਾਡੇ ਨਾਲ ਨੇ, ਲਾਲੀ ਸਾਹਿਬ ਪਾਰਟੀ ਲਾਈਨ ਤੋਂ ਹਟ ਕੇ ਅਸੀਂ ਸਿਆਸਤ ਦਾ ਜ਼ਿਕਰ ਕਰ ਰਹੇ ਹਾਂ ਕਿ SYL ਹੋਵੇ ਜਾਂ ਕੋਈ ਹੋਰ ਮੁੱਦੇ ਹੋਣ, ਜਦੋਂ ਪੋਲੀਟੀਕਲ ਐਂਗਲ ਉਸ ਦੇ ਵਿੱਚ ਆਵੇ ਤਾਂ ਫਿਰ ਉਹ ਮੁੱਦਾ ਕਿਤੇ ਹੋਰ ਹੀ ਰਹਿ ਜਾਂਦਾ ਅਤੇ ਇਲਜ਼ਾਮ ਤਰਾਸ਼ੀਆਂ ਲੰਬੀਆਂ ਹੁੰਦੀਆਂ ਜਾਂਦੀਆਂ ਨੇ। ਪਾਣੀ ਦੇ ਮੁੱਦੇ ਉੱਤੇ ਅੱਜ ਜ਼ਰੂਰਤ ਕੀ ਨਜ਼ਰ ਆਉਂਦੀ ਹੈ ਕਿ ਪੋਲੀਟੀਕਲ ਪੁਆਇੰਟ ਆਫ ਵਿਊ ਦੇ ਨਾਲ ਇਸ ਨੂੰ ਸੋਚ ਕੇ ਹੱਲ ਕੀਤਾ ਜਾਵੇ ਜਾਂ ਫਿਰ ਬਿਲਕੁਲ ਸਾਈਡ 'ਤੇ ਰੱਖ ਦਿਉ, ਸਿਆਸਤ ਕੋਈ ਵੀ ਨਵੀਂ ਸਰਕਾਰ ਆਵੇ ਵੱਡਾ ਸਟੈਪ ਲਵੇ ਪਾਣੀ ਨੂੰ ਲੈ ਕੇ, ਫਸਲਾਂ ਨੂੰ ਲੈ ਕੇ। ਡਾਈਵਰਸੀਫਿਕੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਝੋਨੇ ਦੀ ਕਣਕ ਦੀ ਅਸੀਂ ਜ਼ਿਕਰ ਕਰਦੇ ਹਾਂ, ਪਰ ਕਿਸਾਨਾਂ ਨੂੰ ਬਦਲ ਕੋਈ ਨਹੀਂ ਦਿੰਦੇ। ਮੈਂ ਗੌਰਵ ਜੀ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਪਹਿਲੀ ਗੱਲ ਤਾਂ ਇਹ ਆ ਵੀ ਜਿੰਨਾ ਚਿਰ ਸਿਆਸੀ ਧਿਰਾਂ ਆਪਣੀ ਸਿਆਸਤ ਇਸ ਗੱਲ ਦੇ ਉੱਪਰ ਕਰਨਗੀਆਂ, ਕੋਈ ਜਿਹੜਾ ਹੱਲ ਨਹੀਂ ਨਿਕਲਣਾ। ਪੰਚਾਂ ਦਾ ਕਿਹਾ ਸਰਮਤ ਅਤੇ ਪੰਜਾਬੀ ਦੀ ਕਹਾਵਤ ਦਾ ਪ੍ਰਣਾਲਾ ਉੱਥੇ ਦਾ ਉੱਥੇ। ਦੂਜੀ ਗੱਲ, ਇਕੱਲਾ SYL ਦਾ ਮੁੱਦਾ ਨਹੀਂ, ਤੁਸੀਂ ਵੇਖੋ ਜਿਹੜੀਆਂ ਲੋਅਰ ਸਵਾਲ ਖਿਲਦ ਨੇ ਪੰਜਾਬ ਦੇ ਨਾਲ ਲੱਗਦਾ ਹਿਮਾਚਲ ਦਾ ਏਰੀਆ, ਚਾਹੇ ਉਹ ਕਾਂਗਰਸ ਸਰਕਾਰ ਸੀ ਚਾਹੇ ਉਹ ਅਕਾਲੀ ਸਰਕਾਰ ਸੀ, ਇਹਨਾਂ ਨੇ ਸਾਰਿਆਂ ਨੇ ਚੈੱਕ ਡੈਮ ਬਣਾ ਦਿੱਤੇ ਨੇ। ਜਿਹੜੇ ਛੋਟੇ ਚੋਏ ਸੀ ਜਾਂ ਜਿਨ੍ਹਾਂ ਦੇ ਵਿੱਚ ਥੋੜਾ ਪਾਣੀ ਵਗਦਾ ਸੀਗਾ ਉਹ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ, ਤੇ ਧਰਤੀ ਦੇ ਵਿੱਚ ਪਾਣੀ ਰੀਚਾਰਜ ਕਿੱਥੋਂ ਹੋਣਾ ਸੀਗਾ? ਉਹਦਾ ਘੱਟੋ ਘੱਟ ਕੋਈ ਪੈਮਾਨਾ ਤੈਅ ਕੀਤਾ ਜਾਵੇ ਵੀ ਸਾਲ ਦੇ ਵਿੱਚ ਇੰਨਾ ਪਾਣੀ ਅਸੀਂ ਇਹਨਾਂ ਚੋਇਆਂ ਦੇ ਵਿੱਚ ਜਾਂ ਜਿਹੜੇ ਨਿੱਕੇ ਨਾਲੇ ਨੇ ਉਹਨਾਂ ਵਿੱਚ ਛੱਡਾਂਗੇ। ਉਹ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਸਦੀਆਂ ਪੁਰਾਣੇ ਕੋਈ ਬਹਿਣ ਸੁੱਕੇ ਹੋਏ ਹੁੰਦੇ ਨੇ। ਇਸ ਪ੍ਰਕਾਰ ਜਿਹੜਾ ਕਿਤੇ ਨਾ ਕਿਤੇ ਮੈਂ ਸਮਝਦਾ ਕੋਈ ਸੰਜੀਦਾ ਨਹੀਂ, ਖਾਸ ਕਰਕੇ ਸਰਕਾਰਾਂ ਦਾ ਤਾਂ ਕੋਈ ਹੈ ਹੀ ਨਹੀਂ ਲੈਣ ਦੇਣ, ਕਿਉਂਕਿ ਸਿਆਸਤ ਕਰਦੀਆਂ ਨੇ ਜਿਹੜੀਆਂ ਪਾਰਟੀਆਂ ਨੇ। ਦੂਜੀ ਜਿਹੜੀ ਬਿਊਰੋਕਰੇਸੀ ਇਸ ਗੱਲ ਲਈ ਸਿਹਰਦ ਹੋਣਾ ਸੀ ਜਾਂ ਵਿਗਿਆਨੀਆਂ ਨੇ, ਉਹ ਵੀ ਕਾਗਜ਼ ਜਿਹੜੇ ਕਾਲੇ ਹੀ ਕਰਦੇ ਨੇ ਜ਼ਮੀਨੀ ਪੱਧਰ ਦੇ ਉੱਤੇ, ਜਿਹੜੀ ਹਕੀਕਤ ਆ ਉਹ ਕੋਹਾਂ ਦੂਰ ਆ ਉਸ ਗੱਲ ਤੋਂ। ਔਰ ਚਾਹੇ ਜੌਲ ਕਮੇਟੀ ਹੋਵੇ ਚਾਹੇ ਹੋਰ ਕਮੇਟੀਆਂ ਹੋਣ, ਉਹ ਸਿਰਫ ਉੱਪਰ ਦੇ ਦਿੰਦੀਆਂ ਨੇ ਸਰਕਾਰ ਨੂੰ, ਤੇ ਸਰਕਾਰ ਦਾ ਕੰਮ ਤੁਹਾਨੂੰ ਪਤਾ ਹੀ ਆ ਜਿਸ ਪ੍ਰਕਾਰ ਦਾ ਚੱਲਦਾ, ਸਰਕਾਰ ਦਾ ਸਰਿਆ ਹੋਇਆ ਹੀ ਹੁੰਦਾ ਕੰਮ, ਤੇ ਥੱਲੇ ਜਿਹੜਾ ਹੈਗਾ ਰੀਚਾਰਜ ਦੀ ਪੰਜਾਬ ਦੇ ਵਿੱਚ ਪਾਣੀਆਂ ਦੀ ਜੇ ਜ਼ਮੀਨੀ ਪੱਧਰ ਨੂੰ ਠੀਕ ਕਰਨਾ, ਜਿਹੜੇ ਚੈੱਕ ਡੈਮ ਆ ਉਹਦੇ ਵਿੱਚ ਇੱਕ ਨਿਰੰਤਰ ਪ੍ਰਵਾਹ ਜਿਹੜਾ ਹੈਗਾ ਜਿੱਥੇ ਉਹਦਾ ਕੁਦਰਤੀ ਪ੍ਰਵਾਹ ਸੀ, ਖਾਸ ਕਰਕੇ ਪਟਿਆਲਾ ਜ਼ਿਲ੍ਹਾ, ਰੋਪੜ ਜ਼ਿਲ੍ਹਾ, ਨਵਾਂਸ਼ਹਿਰ ਜ਼ਿਲ੍ਹਾ, ਹੁਸ਼ਿਆਰਪੁਰ ਜ਼ਿਲ੍ਹਾ ਤੇ ਜਲੰਧਰ ਤੇ ਲੁਧਿਆਣੇ ਦੇ ਇਲਾਕੇ, ਉੱਥੇ ਪਾਣੀ ਦੇ ਪ੍ਰਬੰਧ ਨੂੰ ਅੱਜ ਵੀ ਠੀਕ ਕੀਤਾ ਜਾ ਸਕਦਾ। ਚਲੋ ਦੂਰ ਵਾਲੇ ਤਾਂ ਦੂਰ ਚਲੇ ਜਾਂਦੇ ਨੇ ਜ਼ਿਲ੍ਹੇ ਜਿੱਥੇ ਤੱਕ ਉਹਨਾਂ ਦੀ ਮਾਰ ਸੀ ਉਹਨਾਂ ਕੁਦਰਤੀ ਪ੍ਰਵਾਹਾਂ ਦੀ, ਇਹ ਚਲਾਉਣੇ ਪੈਣਗੇ। ਠੀਕ ਹੈ, ਔਰ ਇਹਨਾਂ ਦੇ ਵਿੱਚ ਕੰਟੀਨਿਊਟੀ ਰੱਖਣੀ ਪਏਗੀ, ਤਾਂ ਕਰਕੇ ਤਾਂ ਪੰਜਾਬ ਸੁਧੀਰ ਬਾਜਵਾ ਇਹਨਾਂ ਜ਼ਿਲ੍ਹਿਆਂ ਬਾਜਵਾ ਸਾਹਿਬ ਇੱਕ ਮੋਹਾਲੀ ਤੋਂ ਕਾਲਰ ਜੁੜੇ, ਉਹਨਾਂ ਨੇ ਕਿਹਾ ਕਿ ਇੱਥੇ ਕੋਈ ਨਹਿਰ ਨਹੀਂ, ਪਾਣੀ ਦੀ ਸਮੱਸਿਆ ਬਹੁਤ ਹੈ, ਕਿਉਂਕਿ ਜਦੋਂ ਇਲੈਕਸ਼ਨ ਟਾਈਮ ਸੀ ਸਾਡੀਆਂ ਟੀਮਾਂ ਪਹੁੰਚ ਰਹੀਆਂ ਸੀ ਤਾਂ ਉੱਥੇ ਜਿਹੜੇ ਚਾਹੇ ਉਹ ਪਟਿਆਲਾ ਡਿਸਟ੍ਰਿਕਟ ਦਾ ਕੁਝ ਹਿੱਸਾ ਹੋਵੇ, ਫਤਿਹਗੜ੍ਹ ਸਾਹਿਬ ਦੇ ਵਿੱਚੋਂ ਵੀ SYL ਜਿਹੜੀ ਜਦੋਂ ਬਣੀ ਤਾਂ ਲੰਘਦੀ ਆ ਉਹ, ਅਤੇ ਸ਼ਾਇਦ ਕੁਝ ਮੋਹਾਲੀ ਦੇ ਹਿੱਸੇ ਤੋਂ ਵੀ ਲੰਘਦੀ ਹੈ, ਤਾਂ ਉੱਥੇ ਲੋਕ ਕਹਿੰਦੇ ਨਜ਼ਰ ਆਏ ਕਿ SYL ਬਣੇ ਤਾਂ ਸਾਨੂੰ ਪਾਣੀ ਦੀ ਕਿੱਲਤ ਦੂਰ ਹੋਵੇ। ਜਿਹੜੇ ਜ਼ਿਲ੍ਹੇ ਨੇ ਚਾਹੇ ਉਹ ਫਤਿਹਗੜ੍ਹ ਸਾਹਿਬ ਹੋਵੇ, ਮੋਹਾਲੀ ਹੋਵੇ, ਜਾਂ ਫਿਰ ਮੈਂ ਪਟਿਆਲਾ ਦਾ ਰਾਜਪੁਰੇ ਤੋਂ ਦੂਜੇ ਪਾਸੇ ਦਾ ਏਰੀਆ ਦੇਖ ਲਵਾਂ, ਇੱਥੇ ਪਾਣੀ ਦੇ ਸਰੋਤਾਂ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਜੇ SYL ਇੱਕ ਹਿੱਲਾ ਹੈ, SYL ਨੂੰ ਤੁਸੀਂ ਕੰਪਲੀਟ ਨਾ ਕਰੋ ਪਰ ਨਵੀਂ ਨਹਿਰ, ਛੋਟੀ ਨਹਿਰ ਕਿਸੇ ਤਰੀਕੇ ਨਾਲ ਇਹਨਾਂ ਏਰੀਆ 'ਚ ਵੀ ਪਾਣੀ ਪਹੁੰਚਾਇਆ ਜਾਵੇ, ਕਿਉਂਕਿ 350 ਫੁੱਟ ਦਾ ਜ਼ਿਕਰ ਕੀਤਾ ਉਸ ਕਾਲਰ ਨੇ ਕਿ ਪਾਣੀ ਦਾ ਜਿਹੜਾ ਪੱਧਰ ਉਹ ਇੰਨਾ ਹੇਠਾਂ ਜਾ ਚੁੱਕਿਆ। ਦੇਖੋ ਤੁਸੀਂ, ਆਪਾਂ ਜਿਹੜੀ ਤੁਸੀਂ ਇਲਾਕੇ ਦਾ ਦਿੱਤਾ ਜ਼ਿਕਰ ਕੀਤਾ, ਹਵਾਲਾ ਦਿੱਤਾ ਹੈਗਾ ਜਾਂ ਕਾਲਰ ਜ਼ਿਕਰ ਕੀਤਾ ਕਿ ਮੋਹਾਲੀ ਹੈ, ਨਾਲ ਹੈ ਪਟਿਆਲਾ ਹੈ, ਇਹ ਜਿਹੜੇ ਨਾਲ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਹੈਗੇ ਨੇ, ਇਹਨਾਂ ਦੇ ਕੋਲ ਫਸਲਾਂ ਦੇ ਕਾਫੀ ਵਿਕਲਪ ਨੇ। ਕਈ ਆਪਾਂ ਦੇਖੀ ਵੀ ਜਿਹੜੀਆਂ ਕਿ ਇਹਨੂੰ ਇੰਗਲਿਸ਼ ਫਸਲਾਂ, ਜਿਹਨੂੰ ਇੰਗਲਿਸ਼ ਬੀਜ ਅਲੱਗ ਅਲੱਗ ਜਿਹੜੇ ਬਰੋਕਲੀ ਹੈ ਬਾਕੀ ਇੱਦਾਂ, ਤੁਸੀਂ ਮੰਨੋਗੇ ਇਹਨਾਂ ਇਲਾਕਿਆਂ ਦੇ ਵਿੱਚ ਐਗਰੀ ਵੈਜੀਟੇਬਲਸ ਦਾ ਕੰਮ ਬਹੁਤ ਚੰਗਾ, ਕਿਉਂਕਿ ਉਹਦੇ 'ਚ ਪਾਣੀ ਦਾ ਕੰਮ ਜਿੱਦਾਂ ਝੋਨਾ ਔਰ ਕਮਾਦ ਬਾਕੀ ਘੱਟ ਲਾਉਂਦੇ ਨੇ ਇੱਧਰ ਨੂੰ ਆ ਕੇ, ਬਿਲਕੁਲ ਇਹ ਫਸਲਾਂ ਦਾ ਇਹ ਵੈਜੀਟੇਬਲ ਦਾ ਕੰਮ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ, ਤਾਂ ਇਹਨੂੰ ਇਹ ਕਿ ਕਿਉਂਕਿ ਇੱਕ ਇਹ ਲੱਕੀਲੀ ਜਿਹੜੇ ਲੋਕ ਸਾਈਡ 'ਤੇ ਹੈਗੇ ਨੇ ਉਹ ਜ਼ਿਮੀਦਾਰ, ਜਿਹੜਾ ਉਹਨਾਂ ਲਈ ਇੱਕ ਮਾਰਕੀਟ ਹੈਗੀ ਚੰਡੀਗੜ੍ਹ, ਬਹੁਤ ਅੱਛੀ ਮਾਰਕੀਟ ਹੈ ਉਹਨਾਂ ਨੂੰ ਮੇਰੇ ਖਿਆਲ ਜ਼ਿਆਦਾ ਇਹ, ਕਿਉਂਕਿ ਡੀਪ ਜਿਹੜੀ ਹੈਗੀ ਹੈ 350 ਫੁੱਟ ਦੀ ਗੱਲ ਕਰਦੇ ਆ, ਸਮੱਸਿਆ ਤਾਂ ਖੜੀ ਹੈ ਪੂਰੇ ਪੰਜਾਬ ਵਾਸਤੇ। ਠੀਕ ਹੈ, ਕਈ ਇਲਾਕੇ ਇੱਦਾਂ ਦੇ ਨੇ ਜਿਵੇਂ ਇਹਨਾਂ ਨੇ ਬਾਈ ਜੀ ਨੇ ਕਿਹਾ ਸੀਗਾ ਕਿ ਇੱਕ ਸ਼ਿਵਾਲਿਕ ਹਿੱਲਸ ਦੀ ਗੱਲ ਕਰਦੇ ਉਹਦਾ ਹੈਗਾ, ਬਹੁਤ ਸਾਰੇ ਇਲਾਕੇ ਦੇਖਿਆ ਜਾਵੇ ਕਿ ਜਿਹੜੀ ਤੇ
ਜਿਹੜੀ ਉਹਨਾਂ ਦੀ ਸਰਕਾਰ ਨੂੰ ਕੋਈ ਸਰਕਾਰ ਵੀ ਆਵੇ ਜਿਹੜੀ ਆਪਾਂ ਇੱਕ ਹੋਰ ਇਹਨਾਂ ਨੇ ਆਪਾਂ ਡਿਸਕਸ਼ਨ ਜਿਹੜਾ ਮੁੱਦਾ ਨਿਕਲਿਆ ਏਸੀ ਕਮਰਿਆਂ 'ਚ ਬਹਿ ਕੇ ਸਰਕਾਰਾਂ ਦੇ ਜਿਹੜੇ ਅਫਸਰ ਪੋਲਸੀਆਂ ਬਣਾਉਂਦੇ ਨੇ ਉਹਨਾਂ ਨੂੰ ਜ਼ਮੀਨੀ ਹਰਕਤ ਤੋਂ ਬਹੁਤ ਬਹੁਤ ਦੂਰ ਨੇ, ਕੋਸੋਂ ਦੂਰ ਨੇ। ਇਹਨਾਂ ਨੂੰ ਚਾਹੀਦਾ ਕਿ ਜੇ ਠੀਕ ਹੈ ਜੋਰ ਸਾਹਿਬ ਦੀ ਕਮੇਟੀ ਬਣੀ, ਬਾਕੀ ਹੈ ਜਿਹੜੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਿਹਨੇ ਕਰਨਾ? ਅਫਸਰਸ਼ਾਹੀ ਨੇ ਕਰਨਾ। ਅਫਸਰਸ਼ਾਹੀ ਜਿਹੜੀ ਹੈ ਜਿਹਨਾਂ ਨੂੰ ਕਦੀ ਇੱਕ ਕਿਲੇ ਬਾਰੇ ਪਤਾ ਨਹੀਂ ਕਿੰਨੀ 'ਚ ਆਪਣਾ ਇਹਦੇ 'ਚ ਖਾਦ ਪੈਂਦੀ ਹੈ, ਕਿੰਨਾ ਫਸਲ ਹੁੰਦੀ ਹੈ, ਉਹ ਪੋਲਸੀਆਂ ਬਣਾਉਂਦੇ ਨੇ। ਇੱਕ ਬਹੁਤ ਇੱਕ ਤ੍ਰਾਸਦੀ ਦੀ ਗੱਲ ਹੈ ਕਿ ਜਿਹੜਾ ਸਮੱਸਿਆ ਪੰਜਾਬ 'ਚ ਕਿਸਾਨ ਖੁਦਕੁਸ਼ੀ ਕਰ ਰਿਹਾ, ਪੋਲਸੀਆਂ ਪਾਉਂਦੀਆਂ ਨੇ, ਏਸੀ ਬੰਦ ਕਮਰ 'ਚ ਬਹਿ ਕੇ ਆ ਕੇ, ਚਾਹੇ ਕੋਈ ਧਿਰ ਵੀ ਹੈ, ਚਾਹੇ ਅਕਾਲੀ ਹੈ, ਚਾਹੇ ਕਾਂਗਰਸ ਹੈ, ਬੀਜੇਪੀ ਹੈ, ਕੋਈ ਵੀ ਨੇ, ਤੇਰਾ ਜ਼ਿੰਮੇਦਾਰ ਨੇ ਇਹਨਾਂ ਅਫਸਰਾਂ ਤੋਂ ਜਿਹੜੀ ਹੈ ਆਪਣੇ ਕੋਈ ਇਹੋ ਜਿਹੇ ਲੋਕਾਂ ਨਾਲ ਇਹ ਤੈਨੂੰ ਕੁਛ ਕਰਨਾ ਪਏਗਾ ਜਿਹਦੇ ਨਾਲ ਇਹਨਾਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋਏਗਾ। ਠੀਕ ਹੈ ਬਟਵਾ ਸਾਹਿਬ, ਅਫਸਰਸ਼ਾਹੀ ਦੀ ਵਜ੍ਹਾ ਨਾਲ ਕਿਤੇ ਨਾ ਕਿਤੇ ਚੀਜ਼ਾਂ ਇੰਪਲੀਮੈਂਟ ਨਹੀਂ ਹੋ ਸਕੀਆਂ। ਬਟਵਾ ਸਾਹਿਬ ਜਿਹੜੇ ਖਾਸ ਤੌਰ ਸਰਕਾਰ ਰਹੀ ਹੈ ਤੁਹਾਡੀ, ਗੌਰਵ ਜੀ 'ਚ ਕੋਈ ਦੁਰਾਵਾਂ ਨਹੀਂ ਗਈਆਂ ਕਿ ਕਿਸਾਨੀ ਵਾਸਤੇ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਵਿੱਚ ਹੋਰ ਵੀ ਕਈ ਕੁਛ ਕਰਨ ਦੀ ਲੋੜ ਹੈ, ਕਿਉਂਕਿ ਕਿਸਾਨੀ ਦੇ ਮਸਲੇ ਜਿਹੜੇ ਖਾਸ ਕਰਕੇ ਗੌਰਮੈਂਟ ਆਫ ਇੰਡੀਆ ਨਾਲ ਜੁੜੇ ਹੋਏ ਨੇ, ਕਿਸਾਨ ਦੀ ਮਾਰਕੀਟਿੰਗ, ਕਿਸਾਨ ਦੀ MSP ਜਿਹੜੀ ਹੈ, ਜਾਂ ਜੋ ਕੁਛ ਵੀ ਹੈ ਜਿਹੜੀਆਂ ਕਿਸਾਨੀ ਦੇ ਨਾਲ ਸੰਬੰਧਿਤ ਜਿੰਨੀਆਂ ਚੀਜ਼ਾਂ ਆਪਾਂ ਵਰਤਦੇ ਹਾਂ, ਸਾਰੀਆਂ ਗੌਰਮੈਂਟ ਆਫ ਇੰਡੀਆ ਨਾਲ ਜੁੜੀਆਂ ਹੋਈਆਂ ਨੇ। ਗੌਰਮੈਂਟ ਆਫ ਇੰਡੀਆ 'ਚ ਬੈਠੇ ਹੋਏ ਲੋਕ ਜਿਹੜੇ ਉੱਥੇ ਨੀਤੀਆਂ ਬਣਾਉਣ ਵਾਲੇ ਨੇ, ਜਿਸ ਤਰ੍ਹਾਂ ਬਾਜਵਾ ਸਾਹਿਬ ਨੇ ਗੱਲ ਕੀਤੀ, ਗੱਲ ਉਹੀ ਹੈ, ਉਹਦੇ 'ਚ ਸੁਧਾਰ ਕਰਨ ਦੀ ਲੋੜ ਹੈ, ਚੰਗੇ ਕਦਮ ਚੁੱਕਣ ਦੀ ਲੋੜ ਹੈ। ਔਰ ਜਿੱਥੋਂ ਤੱਕ ਆਪਾਂ ਵਾਰ ਵਾਰ ਗੱਲ ਕਰੀ ਜਾਂਦੇ, ਕਿਸਾਨ ਝੋਨਾ ਲਾਉਂਦਾ ਹੈ, ਪਾਣੀ ਦੀ ਜ਼ਿਆਦਾ ਵਰਤੋਂ ਹੁੰਦੀ ਹੈ, ਕਿਸਾਨ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਆਉਣ ਲਈ ਤਿਆਰ ਹੈ, ਫਸਲੀ ਚੱਕਰ 'ਚੋਂ ਨਿਕਲ ਕੇ ਨਵੀਂ ਫਸਲ ਬੀਜਣ ਲਈ ਤਿਆਰ ਹੈ, ਨਾ ਤਾਂ ਉਹਦੀ MSP ਹੈਗੀ, ਨਾ ਉਹਦੀ ਮਾਰਕੀਟਿੰਗ ਹੈਗੀ ਹੈ। ਇਹ ਮਾਰਕੀਟਿੰਗ ਅਤੇ MSP ਕਿਹਨੇ ਤੈਅ ਕਰਨੀ ਹੈ? ਬਾਕੀ ਜਿਹੜੀਆਂ ਫਸਲਾਂ ਨੇ, ਚਾਹੇ ਮੱਕੀ ਹੈ, ਚਾਹੇ ਹੋਰ ਚੀਜ਼ਾਂ ਨੇ, ਉਹ ਕਰਨੀ ਹੈ ਗੌਰਮੈਂਟ ਆਫ ਇੰਡੀਆ ਨੇ, ਉਹ ਹੋ ਨਹੀਂ ਰਿਹਾ। ਹੁਣ ਆਲੂ ਦੀ ਫਸਲ ਹੈ, ਅੱਜ ਆਲੂ ਰੁੱਲ ਰਿਹਾ ਕਿਉਂਕਿ ਉਹਦੀ MSP ਹੈ ਨਹੀਂ, ਮਾਰਕੀਟਿੰਗ ਹੈ ਨਹੀਂ। ਇਸੇ ਤਰ੍ਹਾਂ ਹੀ ਜੇ ਕਿਸਾਨ ਨੂੰ ਝੋਨੇ 'ਚੋਂ ਕੱਢਣਾ ਹੈ, ਉਹਦੀ ਮਾਰਕੀਟਿੰਗ ਤੋਂ ਉਹਦੀ MSP ਤੈਅ ਕਰਨੀ ਪਊਗੀ, ਠੀਕ ਹੈ, ਉਹਦੀ ਖਰੀਦ ਕਰਨੀ ਪਊਗੀ। ਗਰੇਵਾਲ ਸਾਹਿਬ, MSP ਤੈਅ ਕਰਨ ਬਾਰੇ BJP ਸੋਚ ਰਹੀ ਹੈ, ਸੈਂਟਰ ਦੀ ਸਰਕਾਰ ਕੋਈ, ਜਾਂ ਸਿਰਫ ਕਣਕ ਝੋਨੇ ਤੱਕ ਹੀ ਸੀਮਿਤ ਰਹੂਗਾ ਕੰਮ? ਬਟਵਾ ਸਾਹਿਬ, ਸਰਕਾਰ ਭਾਈਵਾਲਾ ਤੁਹਾਡੀ ਸੈਂਟਰ ਦੇ ਵਿੱਚ ਗੱਲ ਕਰਨ ਦੇ, ਇੱਕ ਮਿੰਟ ਗੱਲ ਪੂਰੀ ਕਰ ਦਿਓ, ਕੰਪਲੀਟ ਬਟਵਾ ਸਾਹਿਬ, ਸਮਾਂ ਬਹੁਤ ਘੱਟ ਹੈ ਆਪਣੇ ਕੋਲ, ਪੂਰੀ ਕਰਨ ਦੇ। ਦੂਸਰੀ ਗੱਲ ਜਿਹੜੀ ਆਪਾਂ ਕਰਦੇ ਹਾਂ, ਇੱਕ ਜੀ ਆਪਾਂ ਗੱਲ ਕਰਦੇ ਹਾਂ ਕਿਸਾਨ, ਇੱਕ ਮਿੰਟ ਜੀ ਗੌਰਵ ਜੀ, ਗੱਲ ਪੂਰੀ ਕਰਨ ਦਿਓ, ਕਿ ਜਿਹੜੀਆਂ ਆਪਾਂ ਕਾਰਾਂ ਧੋਣੇ ਰੋਜ਼ਾਨਾ ਜੀ, ਆਪਾਂ ਜਿਹੜੇ ਘਰ ਦੇ ਵਹੀਕਲ ਧੋਣੇ ਹੈ, ਘਰ ਧੋਣੇ ਹੈ, ਉੱਥੇ ਕਿੰਨਾ ਪਾਣੀ ਵਰਤਦੇ ਨੇ ਸ਼ਹਿਰਾਂ ਵਾਲੇ? ਕਦੀ ਸ਼ਹਿਰੀਆਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ? ਕਦੀ ਸ਼ਹਿਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਆਪਣੀ ਕਾਰ ਦੇ ਉੱਤੇ ਅੱਧੇ ਅੱਧੇ ਕਿੱਲੇ ਦਾ ਪਾਣੀ ਲਾ ਦਿੰਦੇ ਜੇ ਧੋਣ ਵਾਸਤੇ? ਇਹ ਥੋੜ੍ਹਾ ਬਹੁਤਾ ਸਾਰਿਆਂ ਨੂੰ ਸੋਚਣਾ ਪਊਗਾ, ਪਾਣੀ ਦੀ ਜਿਹੜੀ ਵਰਤੋਂ ਆ ਸਹੀ ਤਰੀਕੇ ਨਾਲ ਕਰਨੀ ਪਊ। ਕੱਲੇ ਕਿਸਾਨ ਨੂੰ ਦੋਸ਼ੀ ਠਹਿਰਾਈ ਜਾਣਾ ਵੀ ਕਿਸਾਨ ਨੇ ਤਬਾਹੀ ਮਚਾ ਲਈ? ਠੀਕ ਹੈ, ਮੇਰੇ ਕੋਲ ਸਮਾਂ ਬਹੁਤ ਘੱਟ ਹੈ। 1 ਮਹੀਨੇ ਪਾਣੀ ਲਾਉਂਦਾ ਸਾਲ ਦੇ ਵਿੱਚ? ਜੀ ਉਹਦਾ ਤੁਸੀਂ ਗਰੇਵਾਲ ਸਾਹਿਬ 20 ਸੈਕਿੰਡ ਦੇ ਵਿੱਚ ਸ਼ਾਬਾਸ਼ ਦੇਣ ਦੀ ਬਜਾਏ MSP ਤੈਅ ਕਰਨ ਬਾਰੇ ਸੋਚ ਰਹੇ ਹਾਂ, ਕਿਉਂਕਿ ਪਾਣੀ ਸਿੱਧਾ ਸਿੱਧਾ ਜੁੜਿਆ ਹੋਇਆ, ਜੇ ਕਣਕ ਝੋਨੇ ਦੇ ਫੇਰ ਚੋਂ ਬਾਹਰ ਕੱਢਣਾ। ਦੇਖੋ ਗੌਰਵ ਜੀ, ਕਿਸਾਨ ਦੀ ਮੰਡੀ ਦੀ ਵਿਵਸਥਾ ਤਾਂ ਕਰਨੀ ਪਊਗੀ, ਜਦੋਂ ਇਹ ਫੈਕਟਰੀਆਂ 'ਚੋਂ ਪ੍ਰੋਸੈਸ ਹੋ ਕੇ ਅੱਗੇ ਚਲਿਆ ਜਾਂਦਾ ਤਾਂ ਉਹੀ ਜਿਹੜੀ ਉਹਦੀ ਆਲੂ ਦੀ ਫਸਲ ਆ ਉਹ 200 ਰੁਪਏ ਤੋਂ ਵੀ ਕਿਲੋ ਤੋਂ ਉੱਪਰ ਹੋ ਜਾਂਦੀ ਆ, ਔਰ ਜਦੋਂ ਕਿਸਾਨ ਦੇ ਘਰ ਆ 1 ਰੁਪਏ ਕਿਲੋ ਨਹੀਂ ਕੋਈ ਖਰੀਦਦਾ, ਉਹਦੀ ਪਟਾਈ ਦਾ ਖਰਚਾ ਨਹੀਂ ਪੂਰਾ ਹੁੰਦਾ, ਇਹ ਸਾਰੀ ਵਿਵਸਥਾ ਠੀਕ ਕਰਨ ਦੀ ਜ਼ਰੂਰਤ ਆ ਕਿਸਾਨ ਦੀ। ਠੀਕ ਹੈ ਸਰ, ਤੁਸੀਂ ਉਹ ਕਰਨੀ ਹੈ, ਕਿਸਾਨ ਦਾ ਸਿਆਸੀ ਆਗੂਆਂ ਨੇ, ਸਰਕਾਰਾਂ ਨੇ, ਜਿਨ੍ਹਾਂ ਦੀਆਂ ਸਰਕਾਰਾਂ ਉਹਨਾਂ ਨਹੀਂ ਕਰਨੀਆਂ। ਗੁਰਪ੍ਰਤਾਪ ਮਾਨ ਜੀ, ਲਾਸਟ ਕਮੈਂਟ ਮੈਂ ਤੁਹਾਡੇ ਤੋਂ ਚਾਹੂੰਗਾ। ਬਿਲਕੁਲ ਕਰਾਂਗੇ ਸਰਕਾਰ। ਮਾਨ ਸਾਹਿਬ, ਲਾਸਟ ਕਮੈਂਟ ਮੈਂ ਤੁਹਾਡੇ ਤੋਂ ਚਾਹੂੰਗਾ। 70 ਸਾਲਾਂ ਦੀ ਬੁਰਾਈ 2-2.5 ਸਾਲ 'ਚ ਕਿਵੇਂ ਖਤਮ ਕਰ ਦਈਏ? ਹੋ ਜਾਊਗਾ ਨਹੀਂ ਦੀ। ਗੁਰਪ੍ਰਤਾਪ ਮਾਨ ਜੀ, ਗੌਰਵ ਜੀ, ਇਹ ਦੇਖੋ, ਇਸ ਜਿਹੜਾ ਫਸਲੀ ਚੱਕਰ ਤੋਂ ਕੱਢਣ ਵਾਸਤੇ ਇਹ ਸਾਰੀਆਂ ਪਾਰਟੀਆਂ ਨੂੰ ਰਲ ਮਿਲ ਕੇ ਜਿਹੜਾ ਹੈ ਇਹ ਕਰਨਾ ਚਾਹੀਦਾ। ਪਿਛਲੇ ਹਫ਼ਤੇ ਗੌਰਵ ਜੀ, ਮੈਂ ਇੱਕ ਡੇਰਾ ਬਾਬਾ ਨਾਨਕ 'ਚ ਇੱਕ ਜੱਟ ਨੂੰ 30 ਕਿੱਲੇ ਮਟਰ ਮੈਂ ਪੈਲੀ 'ਚ ਵਾਹੁੰਦੇ ਦੇਖ ਕੇ ਆਇਆ ਆਪ ਖੁਦ, ਔਰ ਮੈਂ ਉਸ ਬੰਦੇ ਦਾ ਰੋਣਾ ਨਿਕਲਦਾ ਦੇਖ ਕੇ ਆਇਆ, ਕਿਉਂਕਿ ਜਿਹੜੀ ਉਹਦੀ ਤੁੜਾਈ ਅਤੇ ਜਿਹੜੀ ਮੰਡੀ ਤੱਕ ਲੈਣ ਕੇ ਜਾਣ ਦੀ, ਉਹ ਪੈਸੇ ਵੀ ਨਹੀਂ ਪੂਰੇ ਹੁੰਦੇ ਪਏ ਸੀਗੇ। ਇਹ ਜਿਹੜਾ ਹੈ ਇਹ ਜਿਹੜਾ ਹੈ ਕਿਸਾਨੀ ਤੇ ਖਤਮ ਹੁੰਦੀ ਪਈ ਹੈ ਜੀ, ਬਿਲਕੁਲ, ਲੇਕਿਨ ਸਾਰੀਆਂ ਪਾਰਟੀਆਂ ਨੂੰ ਰਲ ਮਿਲ ਕੇ ਜਿਹੜਾ ਹੈ ਅਸੀਂ ਉਪਰਾਲਾ ਕਰੀਏ। ਬਿਲਕੁਲ, ਬਹੁਤ ਬਹੁਤ ਧੰਨਵਾਦ, ਮਾਫੀ ਚਾਹੂੰਗਾ ਲਾਲੀ ਜੀ, ਸੁਖਬੀਰ ਬਾਜਵਾਈ, ਮੈਂ ਤੁਹਾਡੇ ਕੋਲ ਲਾਸਟ ਕਮੈਂਟ ਵਾਸਤੇ ਨਹੀਂ ਆ ਸਕੂੰਗਾ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਾਜਵਾਈ ਤੁਹਾਡਾ ਵੀ, ਮਾਨ ਸਾਹਿਬ ਤੁਹਾਡਾ ਵੀ, ਤਰਲੋਚਨ ਲਾਲੀ ਜੀ ਤੁਹਾਡਾ ਵੀ, ਗਰੇਵਾਲ ਸਾਹਿਬ ਤੁਹਾਡਾ ਵੀ ਅਤੇ ਬਲਟਵਾ ਸਾਹਿਬ ਤੁਹਾਡਾ ਵੀ ਅੱਜ ਦੀ ਇਸ ਚਰਚਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਅੱਜ ਦੀ ਚਰਚਾ 'ਚੋਂ ਨਿਕਲ
ਨਿਕਲ ਕੇ ਸਾਹਮਣੇ ਆਇਆ, ਇੱਕ ਤਾਂ ਡਾਇਵਰਸੀਫਿਕੇਸ਼ਨ ਯਾਨੀ ਕਿ ਕਣਕ ਝੋਨੇ ਦੇ ਗੇੜ ਦੇ ਵਿੱਚੋਂ ਜ਼ਰੂਰ ਬਾਹਰ ਕੱਢਣਾ ਹੋਵੇਗਾ, ਕਿਸਾਨ ਨੂੰ ਉਸਨੂੰ ਬਦਲ ਦੇਣੇ ਹੋਣਗੇ, ਅਤੇ ਦੂਜੀ ਵਲਟੋਹਾ ਸਾਹਿਬ ਨੇ ਜੋ ਜ਼ਿਕਰ ਕੀਤਾ ਕਿ ਸਿਰਫ ਕਿਸਾਨਾਂ ਤੱਕ ਇਹ ਸੀਮਿਤ ਨਹੀਂ ਹੈ, ਜਿਹੜੇ ਸ਼ਹਿਰ ਦੇ ਲੋਕ ਨੇ ਜਾਂ ਜਿਹੜੇ ਕਿਸਾਨੀ ਦੇ ਨਾਲ ਸਿੱਧੇ ਤੌਰ 'ਤੇ ਨਹੀਂ ਜੁੜੇ ਹੋਏ ਉਹਨਾਂ ਨੂੰ ਵੀ ਪਾਣੀ ਬਚਾਉਣ ਬਾਰੇ ਬਹੁਤ ਗੰਭੀਰਤਾ ਦੇ ਨਾਲ ਸੋਚਣਾ ਹੋਵੇਗਾ। ਅੱਜ ਸਵੇਰ ਦੇ ਇੱਕ ਸ਼ੋਅ ਦੇ ਵਿੱਚ ਸਾਡੇ ਕਾਲਰ ਨੇ ਕਾਲ ਕੀਤੀ, ਉਹ ਕਹਿੰਦਾ ਆਲੂ 1 ਰੁਪਏ 15 ਪੈਸੇ ਵਿਕ ਰਿਹਾ ਹੈ, ਬਾਜ਼ਾਰ 'ਚ ਜਦੋਂ ਖਰੀਦਣ ਜਾਂਦੇ ਨੇ ਤਾਂ 10 ਰੁਪਏ ਕਿਲੋ 20 ਰੁਪਏ ਕਿਲੋ ਮਿਲਦਾ। ਇਸ ਚੀਜ਼ ਨੂੰ ਵੀ ਸੋਚਣਾ ਹੋਵੇਗਾ ਸਰਕਾਰਾਂ ਨੂੰ ਕਿ ਜੋ ਇਹ ਗੈਪ ਹੈ ਇਸ ਕਿਸ ਤਰ੍ਹਾਂ ਦੇ ਨਾਲ ਘੱਟ ਕੀਤਾ ਜਾਵੇ। ਅਤੇ ਵਾਰੀ ਅੱਜ ਦੇ ਸਵਾਲ ਦੀ ਹੈ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛਿਆ ਸੀ, ਉਸਦਾ ਵੀ ਜ਼ਿਕਰ ਕਰ ਦਈਏ। ਸਵਾਲ ਕਿ ਪੰਜਾਬ 'ਚ ਨਵੀਂ ਸਰਕਾਰ ਦੇ ਲਈ ਪਾਣੀ ਦੇ ਮੁੱਦੇ ਨੂੰ ਹੱਲ ਕਰਨਾ ਵੱਡੀ ਚੁਣੌਤੀ ਹੋਵੇਗੀ, ਇਸ ਦੇ ਉੱਪਰ ਜਵਾਬ ਜੋ ਸਾਡੇ ਕੋਲ ਪਹੁੰਚਿਆ ਉਹ ਵੀ ਹੁਣ ਤੁਹਾਨੂੰ ਦੱਸ ਦਈਏ। 81% ਸਾਡੇ ਦਰਸ਼ਕਾਂ ਨੂੰ ਲੱਗਦਾ ਕਿ ਹਾਂ ਵੱਡੀ ਚੁਣੌਤੀ ਹੋਵੇਗੀ, ਬਹੁਤ ਵੱਡੀ ਚੁਣੌਤੀ ਆਖਰ ਪੂਰੇ ਪੰਜਾਬ ਦੇ ਪਾਣੀ ਦਾ ਮੁੱਦਾ। 19% ਨੂੰ ਅਜਿਹਾ ਨਹੀਂ ਲੱਗਦਾ।